ਇਹਨਾਂ ਦੇ ਥਰੂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉੱਥੇ ਦਿੱਲੀ ਮੈਸੇਜ ਕਰਵਾਇਆ ਸੀਗਾ ਵੀ ਪੰਜਾਬ ਦਾ ਜਿਹੜਾ ਦਾਰੂ ਦਾ ਤੇ ਖਾਸ ਤੌਰ ਤੇ ਨਕਲੀ ਤੇ ਸਸਤੀ ਦਾਰੂ ਜਿਸ ਚੋਂ ਜ਼ਿਆਦਾ ਮੁਨਾਫਾ ਹੁੰਦਾ ਹੈ, ਕਿਉਂਕਿ ਸਾਰਾ ਮਸਲਾ ਪੈਸੇ ਕਮਾਉਣ ਦਾ ਹੈ ਸਾਨੂੰ, ਉਹ ਪੈਸੇ ਕਮਾਉਣ ਵਾਸਤੇ ਜਿਹੜੇ ਜੇਲ੍ਹਾਂ 'ਚ ਇਹਨਾਂ ਦੇ ਗੈਂਗਸਟਰਸ ਬੈਠੇ ਹੈ, ਜਿਹੜੇ ਲੀਕਰ ਮਾਫੀਆ ਦਾਰੂ ਮਾਫੀਆ ਜੇਲ੍ਹਾਂ 'ਚ ਬੈਠਾ, ਉੱਥੋਂ ਚੱਲ ਰਿਹਾ ਸਿਟੀ ਦੀ ਪ੍ਰਿਲਿਮਨਰੀ ਰਿਪੋਰਟ ਜਿਹੜੀ ਅੱਜ ਮੈਂ ਸੁਣ ਰਿਹਾ ਸੀ ਇੱਥੇ ਆਉਣ ਤੋਂ ਪਹਿਲਾਂ, ਆਫੀਸਰਸ ਕਹਿ ਰਹੇ ਵੀ ਇਹ ਸਾਰੀ ਆ ਜਿਹੜੀ ਵਰਤਾਂਤ ਹੋਇਆ ਇੱਥੇ ਇਸ ਇਲਾਕੇ 'ਚ ਉਹਦੀ ਸਾਂਠ ਕਾਂਠ ਜੇਲ੍ਹ 'ਚੋਂ ਬਣੀ ਹੈ, ਸੰਗਰੂਰ ਜੇਲ੍ਹ 'ਚੋਂ ਬਣੀ ਹੈ। ਭਗਵੰਤ ਮਾਨ ਜੀ ਕਹਿ ਰਹੇ ਹੈ ਵੀ ਕੇਜਰੀਵਾਲ ਸਾਹਿਬ ਨੂੰ ਸਰਕਾਰ ਚਲਵਾਵਾਂਗੇ ਜੇਲ੍ਹ 'ਚੋਂ, ਉੱਥੋਂ ਚਲਾਉਣ ਦੀ ਇਜਾਜ਼ਤ ਦਿਆਂਗੇ। ਸਾਹਿਬ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ, ਇਜਾਜ਼ਤ ਤਾਂ ਦਿੱਲੀ 'ਚੋਂ ਲੋੜ ਪੈਂਦੀ ਹੈ। ਜਿਹੜੀ ਦਾਰੂ ਦੀ ਨੀਤੀ ਕਰਕੇ ਅੱਜ ਪੰਜਾਬ 'ਚ ਮੌਤਾਂ ਹੋ ਰਹੀਆਂ ਹੈ, ਪੰਜਾਬ ਦੀ ਜਵਾਨੀ ਨੂੰ ਖੋਰਾ ਲੱਗ ਰਿਹਾ, ਉਹ ਦਿੱਲੀ ਵਾਲੀ ਨੀਤੀ ਇੱਥੇ ਲੱਗੀ ਹੈ। ਉਹਦੇ 'ਚ ਉਹਨਾਂ ਨੂੰ ਸਾਰਿਆਂ ਨੂੰ, ਕੇਜਰੀਵਾਲ ਸਾਹਿਬ ਅੰਦਰ ਬੈਠੇ ਹੈ, ਸਿਸੋਦੀਆ ਜੀ ਅੰਦਰ ਬੈਠੇ ਹੈ, ਉਹਨਾਂ ਦੇ ਮੰਤਰੀ ਵਿਜੇਂਦਰ ਜੀ ਅੰਦਰ ਬੈਠੇ ਹੈ, ਉਹਨੂੰ ਸਾਰਿਆਂ ਨੂੰ ਪ੍ਰੋਡਕਸ਼ਨ ਵਰੰਡ ਤੇ ਇੱਥੇ ਲੈ ਆਉਣ, ਜਿੱਥੇ ਬਦਮਾਸ਼ਾਂ ਦਾ ਅੰਦਰੋਂ ਚੱਲ ਰਿਹਾ, ਰੁਜ਼ਗਾਰ ਚੱਲ ਰਿਹਾ, ਇਟਸ ਅ ਬਿਜ਼ਨਸ ਐਜ਼ ਯੂਜੁਅਲ ਜਿਵੇਂ ਕਹਿੰਦੇ ਨਾ, ਵੀ ਅੰਦਰ ਫਰੋਤੇ ਵੀ ਲੈ ਰਹੇ ਹੈ, ਦਾਰੂ ਵੀ ਵੇਚ ਰਹੇ ਹੈ, ਚਿੱਟਾ ਵੀ ਵੇਚ ਰਹੇ ਹੈ, ਲੋਕਾਂ ਨੇ ਕਤਲ ਦੇ ਨੀਵਨ ਮੂਸੇਵਾਲਾ ਦਾ ਜਿਹੜਾ ਮਰਡਰ ਹੈ ਜੇਲ੍ਹ 'ਚੋਂ ਅੰਦਰੋਂ ਬੈਠ ਕੇ ਸਾਜਿਸ਼ ਕੀਤੀ ਗਈ, ਇੰਟਰਵਿਊ ਅੰਦਰ ਹੋ ਰਹੀ ਹੈ, ਟੈਲੀਵਿਜ਼ਨ ਦੇ ਉੱਤੇ ਰੀਲਸ ਪਾਈ ਜਾ ਰਹੀ ਹੈ, ਇਹ ਕੰਮ ਕੇਜਰੀਵਾਲ ਸਾਹਿਬ ਨੇ ਕਰਨੇ, ਇੱਥੇ ਲਿਆਉਣ ਦਿੱਲੀ ਇੱਥੇ ਲਿਆਉਣ, ਇੱਥੇ ਚਲਾ ਲੈਣਗੇ, ਫਿਰ ਤਾਂ ਕਿਸੇ ਇਜਾਜ਼ਤ ਲੈਣ ਦੀ ਲੋੜ ਨਹੀਂ। ਪ੍ਰਧਾਨ ਦੇਖੋ, ਸਭ ਤੋਂ ਵੱਡਾ ਸ਼ਰਮਨਾਕ ਮੁਕਾਮ ਜਿਹੜਾ ਹੈ, ਕੱਲ ਇੱਥੇ ਅਮਨ ਅਰੋੜਾ ਜੀ, ਮੈਂ ਉਹਨਾਂ ਨੂੰ ਇੱਕ ਸਮਝਦਾਰ ਆਵਾਜ਼ ਸਮਝਦਾ ਸੀਗਾ ਵੀ ਇਹ ਸਾਰੇ ਟੋਲੇ ਦੇ ਅੰਦਰ ਕੋਈ ਨਾ ਕੋਈ ਅਜੇ ਗੱਲਬਾਤ ਸਿਆਣੀ ਕਰਨ ਵਾਲਾ ਵੀ ਕਿਤੇ ਬੈਠਾ ਹੈ, ਪਰ ਕੱਲ ਜਿਹੜਾ ਕਲੰਕ ਉਹਨਾਂ ਨੇ ਇੱਥੇ ਆ ਕੇ ਲਾਇਆ ਇਸ ਪਿੰਡ ਦੇ ਅੰਦਰ, ਜਿੰਨਾ ਇਹਨਾਂ ਨੂੰ ਮਤਲਬ ਮੱਲਮ ਲਾਉਣ ਦੀ ਬਜਾਏ ਜ਼ਲੀਲ ਕੀਤਾ, ਨੂਣ ਛਿੜਕਿਆ ਜਿਹੜਾ ਇਹਨਾਂ ਦੇ ਜ਼ਖਮਾਂ ਦੇ ਉੱਤੇ, ਵੀ ਇਹ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਜੇ ਠੇਕੇ ਤੋਂ ਨਹੀਂ ਲਈਦਾ। ਸਭ ਠੇਕੇ ਤੋਂ ਬਾਹਰ ਵੀ ਜਿਹੜੀ ਵਿਕ ਰਹੀ ਹੈ ਅਮਨ ਅਰੋੜਾ ਜੀ, ਉਹ ਵੀ ਤੁਹਾਡੇ ਕਰਿੰਦਿਆਂ ਦੀ ਵਿਕ ਰਹੀ ਹੈ। ਪੰਜਾਬ ਦੇ ਅੰਦਰ ਅਗਰ ਚਿੱਟਾ ਵਿਕ ਰਿਹਾ ਤਾਂ ਕੋਈ ਠੇਕਾ ਨਹੀਂ ਖੁੱਲਿਆ ਹੋਇਆ, ਉਹਦੇ ਵਿੱਚ ਵੀ ਹਿੱਸੇਦਾਰੀ ਹੈ ਲੀਡਰਾਂ ਦੀ, ਤੇ ਜਿਹੜੀ ਦਾਰੂ ਨਕਲੀ ਵੇਚ ਰਹੀ ਹੈ ਕਿਉਂਕਿ ਉਸ 'ਚ ਮੁਨਾਫਾ ਜ਼ਿਆਦਾ, ਉਹਦੇ ਵਿੱਚ ਵੀ ਹਿੱਸਾ ਇਹਨਾਂ ਦਾ। ਪੰਜਾਬ ਦਾ ਮੇਰਾ ਸਵਾਲ, ਮੈਂ ਛੱਡੋ ਅਮਨ ਅਰੋੜਾ ਜੀ ਦੇ ਪੱਲੇ, ਹੁਣ ਕੀ ਹੈ, ਉਹਨਾਂ ਨੇ ਭਗਵੰਤ ਮਾਨ ਜੀ ਪਹਿਲੇ ਫੰਗ ਕੱਟ ਰੱਖੇ ਉਹਨਾਂ ਦੇ, ਇਹਨਾਂ ਦੇ ਮੀਥੇਰ ਜੀ ਦੇ ਫੰਗ ਕੱਟ ਤੇ, ਚੀਮਾ ਸਾਹਿਬ ਦਾ ਨੰਬਰ ਲੱਗਣ ਵਾਲਾ ਹੈ, ਤਿਆਰੀ ਸਮਝ ਲਓ ਤੁਸੀਂ, ਆ ਜਿਹੜੇ ਅੱਜ ਆਏ ਆ ਚੀਮਾ ਸਾਹਿਬ ਪਹਿਲਾਂ ਨਹੀਂ ਹੈ ਅੱਜ, ਕਿਉਂਕਿ ਪਤਾ ਲੱਗਿਆ ਜਾਖੜ ਆ ਗਿਆ ਆਉਣ ਲੱਗਿਆ, ਤੇ ਭਗਵੰਤ ਮਾਨ ਜੀ ਦੇ ਨਾਲ ਨਾਲ ਉਹ ਵੀ ਆ ਕੇ ਹਾਜ਼ਰੀ ਪਾ ਕੇ, ਸਭ ਆਪਣਾ ਮੈਨੂੰ ਧਿਆਨ ਹੈ ਸਾਹਿਬ, ਸਾਰਾ ਪੰਜਾਬ ਉਹਨਾਂ ਨੂੰ ਸੌਂਪ ਰੱਖਿਆ ਸਿੱਧੂ ਚੜਕੇ ਦੀ। ਇੱਕ ਸੈਕਿੰਡ ਮੈਂ ਜਿਹੜੀ ਮੈਂ ਗੱਲ ਪੂਰੀ ਕਰਨਾ, ਉਹ ਜਿਹੜੇ ਸਾਰੇ ਲੋਕ ਹੈ ਉਹ ਆ ਸਰਕਾਰ ਭੁੱਲ ਗਈ, ਅਮਨ ਅਰੋੜਾ ਜੀ ਨੇ ਰੌਲਾ ਭਗਵੰਤ ਮਾਨ ਜੀ ਦਾ, ਭਗਵੰਤ ਮਾਨ ਜੀ ਪਹਿਲੀ ਜ਼ਿੰਮੇਵਾਰੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਤੁਹਾਡੇ ਮੋਢਿਆਂ ਤੇ ਹੈ, ਆ ਚਾਹੇ ਨਕਲੀ ਦਾਰੂ ਵੇਚੀ ਜਾ ਰਹੀ ਹੈ, ਚਾਹੇ ਚਿੱਟਾ ਵੇਚਿਆ ਜਾ ਰਿਹਾ, ਇਟਸ ਅ ਲਾਅ ਐਂਡ ਆਰਡਰ ਪ੍ਰੋਬਲਮ, ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਤਾਂ ਹੋਣੀ ਹੈ ਅਮਨ ਅਰੋੜਾ ਜੀ ਦੀ, ਨਹੀਂ ਜੇ ਨਹੀਂ ਹੈ ਫਿਰ ਛੱਡੋ, ਹੰਝੂ ਭਾਈ ਜਾਂਦੇ ਦਿੱਲੀ ਚ, ਤੁਸੀਂ ਵੀ ਗ੍ਰਿਫਤਾਰੀਆਂ ਦੇ ਲਓ, ਅੰਦਰ ਬਹਿ ਜਾਓ, ਸਰਕਾਰ ਤਾਂ ਚਲਦੀ ਰਹੂਗੀ। ਉਹ ਕਹਿੰਦੇ ਅੱਜ ਕਹਿੰਦੇ ਜੇਲ੍ਹ ਚੋਂ ਇੱਕ ਫਰਮਾਨ ਕੱਢੀ ਬੈਠੇ, ਜੇਲ੍ਹਾਂ ਚ ਤਾਂ ਜਾਣਗੇ ਸਭ, ਪਰ ਲੋਕ ਨਾ ਮਾਰੋ, ਪੰਜਾਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈਗੀ, ਜਦਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ, ਸਾਨੂੰ ਮੁਆਵਜ਼ਾ 5 ਲੱਖ ਬੋਲਿਆ ਜਾ ਰਿਹਾ, ਜਦਕਿ ਕੋਈ ਜ਼ਿਮੀਦਾਰ ਦੇ ਵਿੱਚੋਂ ਜਦੋਂ ਪਰਿਵਾਰ ਵਿੱਚੋਂ ਹਾਸਾ ਹੁੰਦਾ ਤਾਂ ਉਹਨੂੰ 1 ਕਰੋੜ ਰੁਪਏ ਦਿੱਤਾ ਜਾਂਦਾ, ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ। ਸਰਕਾਰ ਬਿਨਾਂ ਕਿਸੇ ਨੀਤੀ ਦੀ ਚੱਲ ਰਹੀ ਹੈ ਸਾਹਿਬ, ਆਹ ਹੁਣ ਮੌਕਾ ਨਹੀਂ, ਕਿਉਂਕਿ ਜਿੱਥੇ ਖੜਿਆ ਦੇ ਵਿੱਚ ਮੈਂ ਰਾਜਨੀਤੀ ਨਹੀਂ ਰਗਦੋਲਣਾ ਚਾਹੁੰਦਾ, ਪਰ ਰਾਜਨੀਤੀ ਉਹੀ ਮਾੜੀ ਹੁੰਦੀ ਹੈ ਜਿਹੜੀ ਲੋਕਾਂ ਦੇ ਸੇਵਿਆਂ ਤੇ ਕੀਤੀ ਜਾਂਦੀ ਹੈ, ਰਾਜਨੀਤੀ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਸਾਹਿਬ,
ਆਰਬਿਟਰੇਰੀ ਨਹੀਂ ਹੋ ਸਕਦਾ ਕਿ ਭਗਵੰਤ ਮਾਨ ਜੀ ਫੋਟੋ ਖਿਚਾਉਣ ਨੂੰ ਉਡੀਕਦੇ ਰਹਿਣ ਵੀ ਕਦੋਂ ਕੋਈ ਸੁਨੇਹਾ ਆਵੇ ਬਾਰਡਰ ਤੋਂ ਤੇ ਮੈਂ ਕਰੋੜ ਰੁਪਇਆ ਲੈ ਕੇ ਘਰੇ ਜਾਵਾਂ ਤੇ ਫੋਟੋ ਖਿਚਾ ਲਾਂ। ਸਾਹਿਬ ਆਹ ਕੋਈ ਬਹਾਦਰੀ ਨਹੀਂ ਹੈ। ਤੁਸੀਂ ਇਹਨਾਂ ਪਰਿਵਾਰਾਂ ਵਾਸਤੇ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਵੀ ਇਸ ਹਾਲਾਤ ਜੋ ਵੀ ਇਹ ਹਾਲਾਤਾਂ ਚ ਡੈਥ ਹੋਊਗੀ ਸਰਕਾਰ ਦੀ ਪਾਲਿਸੀ ਹੈ ਇੰਨਾ ਪੈਸਾ ਨਾ ਤਾਂ ਉਹਨਾਂ ਨੂੰ ਧਰਨੇ ਲਾਉਣ ਦੀ ਲੋੜ ਪਵੇ, ਨਾ ਉਹਨਾਂ ਨੂੰ ਕਿਸੇ ਦੇ ਕੋਈ ਲੀਡਰਾਂ ਕੋਲ ਜਾਣਾ ਪਵੇ, ਨਾ ਹੀ ਇਸ ਕਿਸਮ ਦੀ ਐਕਸ਼ਨ ਕਮੇਟੀਜ਼ ਬਣ ਪਿੰਡਾਂ ਦੇ ਅੰਦਰ। ਆ ਇਸੇ ਕਰਕੇ ਵੀ ਸਰਕਾਰ ਫੇਲ ਹੋ ਗਈ, ਸਰਕਾਰ ਦੀ ਕੋਈ ਨੀਤੀ ਹੈ ਨਹੀਂ ਜਿਹਦਾ ਜਿੱਥੇ ਸਬੂਤ ਲੱਗਦਾ ਜਿਹੜਾ ਜਾ ਕੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਮਿਲੂਗਾ ਉਹਨਾਂ ਨੇ ਆਪਦੀ ਸੈਟਿੰਗ ਕਰ ਲੈਣੀ ਹੈ, ਤੈਨੂੰ ਕਰੋੜ ਰੁਪਇਆ ਦਵਾ ਦੇਣੇ ਉਹਦੇ ਵਿੱਚ ਸਾਡਾ ਕੀ ਹਿੱਸਾ। ਇਸਨਾਮ ਗੁਜਰਾਂ ਇਸ ਸਮੇਤ ਜੀ 20 ਤੋਂ ਵੱਧ ਮੌਤਾਂ ਹੋ ਚੁੱਕੀਆਂ, ਹੁਣ ਇਹ ਵੱਡੀ ਘਟਨਾ ਹੈਗੀ, ਤੁਸੀਂ ਇਨਕੁਆਰੀ ਕਿਸ ਤਰ੍ਹਾਂ ਦੀ ਚਾਹੁੰਦੇ ਹੈ, ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਦੇਖੋ ਅੱਜ ਦੇ ਦਿਨ ਚਾਹੇ ਮੈਂ ਤਾਂ ਕਹਿੰਦਾ ਵੀ ਮੈਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕੀਤਾ, ਇਨਕੁਆਇਰੀ ਵੀ ਇਲੈਕਸ਼ਨ ਕਮਿਸ਼ਨ ਨੇ ਮਾਰ ਕੀਤੀ ਹੈ, ਭਗਵੰਤ ਮਾਨ ਜੀ ਨੇ ਨਹੀਂ ਕੀਤੀ। ਕਿੰਨੇ ਦਿਨ ਹੋ ਗਏ ਭਗਵੰਤ ਮਾਨ ਜੀ ਨੇ ਕਰਨੀ ਸੀ ਤੇ ਨਾਲ ਦੀ ਨਾਲ ਕਰ ਦਿੰਦੇ? ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਯਾਦ ਚੇਤੇ ਨਹੀਂ। ਉਹ ਤਾਂ ਵਿਚਾਰੀਆਂ ਇੱਥੇ ਬੇਬੀਆਂ ਦੱਸ ਰਹੀਆਂ ਸੀਗੀਆਂ ਵੀ ਆ ਤੇ ਜਾ ਕੇ ਉਹ ਦਾਰੂ ਵਾਲੇ ਜਿਹੜੀ ਫੈਕਟਰੀਆਂ ਹੈ ਉੱਥੇ ਜਾ ਕੇ ਉਹਨਾਂ ਕੋਲ ਬੈਠ ਕੇ ਖਾਣਾ ਪੀਣਾ ਵੀ ਕਰਦੇ। ਡਾਕਟਰ ਸਾਹਿਬ, 4 ਦਿਨ ਡੈੱਡ ਬੋਡੀਆਂ ਮੋਤੀਆਂ ਦੇ ਵਿੱਚ ਰੁੜਦੀਆਂ ਰਹੀਆਂ, ਜਿਹੜੀਆਂ ਵਿਧਵਾ ਹੋਈਆਂ ਨੇ ਉਹਨਾਂ ਨੂੰ ਧਰਨਾ ਲਾਉਣਾ ਪਿਆ ਡੀਸੀ ਦਫ਼ਤਰ ਦੇ ਸਾਹਮਣੇ, ਫੇਰ ਕਿਤੇ ਜਾ ਕੇ ਜਿਹੜਾ 5 ਲੱਖ ਰੁਪਏ ਦਾ ਮੁਆਵਜ਼ਾ ਜਾਂ ਕੋਈ 13 ਦਾ ਕਹਿ ਰਿਹਾ ਉਹ ਦਿੱਤਾ ਗਿਆ, ਕਿਵੇਂ ਦੇਖਦੇ ਹੋ ਜੀ? ਪੈਸੇ ਸਾਹਿਬ, ਕਿਉਂਕਿ ਜੇ ਰੌਲਾ ਪੈਂਦਾ ਇਹਨਾਂ ਨੂੰ ਪਤਾ ਨਹੀਂ ਸੀ ਵੀ ਇੰਨੀ ਮੌਤਾਂ ਹੋ ਜਾਣਗੀਆਂ, ਵੀ 4-5 ਹੁੰਦੀਆਂ ਤੇ ਪਰਦਾ ਪਾ ਲੈਣਾ ਸੀਗਾ ਇਹਨਾਂ ਨੇ। ਹੁਣ ਮੌਤਾਂ ਇੰਨੀਆਂ ਹੋ ਗਈਆਂ, ਹੁਣ ਜੇ ਇੱਥੇ ਸੁਨੀਲ ਜਾਖੜ ਆ ਗਿਆ ਤਾਂ ਭਗਵੰਤ ਮਾਨ ਜੀ ਵੀ ਆ ਗਏ, ਅੱਜ ਚੀਮਾ ਸਾਹਿਬ ਵੀ ਆ ਗਏ, ਅਮਨ ਅਰੋੜਾ ਜੀ ਵੀ ਆ ਗਏ, ਇਹ ਸਭ ਦਬਾਅ ਦੇ ਨਾਲ ਕੰਮ ਕਰਨਗੇ। ਆਹ ਜਿਹੜੀ ਚਰਬੀ ਪੈਸੇ ਦੀ ਚੜੀ ਹੈ ਸਾਹਿਬ, ਮੈਂ ਫੇਰ ਦੁਹਰਾ ਰਿਹਾ, ਖੁਦ ਭਗਵੰਤ ਮਾਨ ਜੀ ਨੇ ਕਿਹਾ, ਕੋਠਿਆਂ ਤੇ ਚੜ ਚੜ ਕੇ ਕਿਹਾ, ਕੇਜਰੀਵਾਲ ਸਾਹਿਬ ਨੇ ਕਿਹਾ ਵੀ ਦਾਰੂ ਦੇ ਵਿੱਚ 40,000 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਜੀ, ਤੇ ਕਹਿੰਦੇ ਸੀ ਵੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਕਿਉਂਕਿ ਇਨਕਮ ਟੈਕਸ ਡਿਪਾਰਟਮੈਂਟ ਚੋਂ ਆਏ ਹੈ, ਉਹਨਾਂ ਨੂੰ ਪਤਾ ਹੈ ਪੈਸਾ ਕਿੱਥੋਂ ਕੱਢਣਾ ਜੀ, ਉਹ ਪੈਸਾ ਕੱਢ ਰਹੇ ਹੈ ਸਾਹਿਬ। ਆ ਜਿਹੜੇ ਇਹਨਾਂ ਦੀ ਮੌਤਾਂ ਹੋਈਆਂ ਇਹਨਾਂ ਦੇ ਉਸ ਪੈਸੇ ਕੱਢਣ ਕਰਕੇ ਹੋਈਆਂ, ਵੀ ਪੈਸਾ ਤਾਂ ਉਦੋਂ ਨਿਕਲ ਜਾਊਗਾ ਜੇ ਸਸਤੀ ਸ਼ਰਾਬ ਬਣੂਗੀ, ਉਸ 'ਚ ਮਾਰਜਨ ਜ਼ਿਆਦਾ ਹੋਊਗਾ, ਬਣਾਉਣ ਵਾਲੇ ਨੂੰ ਤਾਂ ਹਿੱਸਾ ਵੀ ਗੱਫੇ ਵੀ ਜ਼ਿਆਦਾ ਆਉਣੇ। 40,000 ਕਰੋੜ ਰੁਪਇਆ ਪੰਜਾਬ ਦਾ, ਸ਼ਾਇਦ ਮੈਂ ਉਹਨਾਂ ਦੀ ਗੱਲ ਸਹੀ ਮੰਨ ਲਾਂ ਤਾਂ ਉਹ ਪੈਸਾ ਤਾਂ ਆ ਰਿਹਾ, ਖਜ਼ਾਨੇ 'ਚ ਨਹੀਂ ਜਾ ਰਿਹਾ, ਦਿੱਲੀ ਜਾ ਰਿਹਾ, ਜਿਹਦੇ ਕਰਕੇ ਕੇਜਰੀਵਾਲ ਸਾਹਿਬ ਅੰਦਰ ਬੈਠੇ ਹੈ ਤੇ ਨੰਬਰ ਇਹਨਾਂ ਦਾ ਪੰਜਾਬ ਵਾਲਿਆਂ ਦੇ ਆਉਣ ਨਾਲ। ਮੈਂ ਕੱਲ੍ਹ ਇਲੈਕਸ਼ਨ ਕਮਿਸ਼ਨ ਨੂੰ ਆਹ ਕਹਿ ਕੇ ਆਇਆ ਵੀ ਇਹਨਾਂ ਦੀ ਵੀ ਜਾਂਚ ਕਰਾਓ, ਕੋਖ ਕਰਾਓ। ਅੱਜ ਕੋਈ ਕਿਸੇ ਤੇ ਇਲਜ਼ਾਮ ਨਹੀਂ ਲੱਗ ਸਕਦਾ ਵੀ ਪੋਲੀਟੀਕਲ ਵੈਂਡੇਟਾ, ਇਲੈਕਸ਼ਨ ਕਮਿਸ਼ਨ ਹੈ, ਨਿਰਪੱਖ ਤੌਰ ਤੇ ਟ੍ਰਾਂਸਪੇਰੈਂਟ ਜਾਂਚ ਹੋਵੇ ਤੇ ਇਹਨਾਂ ਨੂੰ ਬਣਦੀ ਸਜ਼ਾ ਦੇ। ਸ਼ਰਾਬ ਨੀਤੀ ਬਾਰੇ ਕੀ ਕਹਿਣਗੇ, ਕਹਿਣਾ ਚਾਹੁੰਦੇ ਜਿਵੇਂ ਦਿੱਲੀ ਹੋਇਆ ਜੀ? ਦਿੱਲੀ ਵਾਲਾ ਮੈਂ ਫੇਰ ਉਹ ਤੋਂ ਰਹੂੰਗਾ ਸਰ, ਬਾਰ ਬਾਰ ਗੱਲ ਕਰ ਲਓ। ਜਿਹੜੇ ਲਾਹੌਰ ਬੁੱਧੂ ਉਹ ਪਿਸ਼ੌਰ ਬੁੱਧੂ, 302 ਦੀ ਗੱਲ ਕੀਤੀ ਗਈ ਸੀ ਡਾਕਟਰ ਸਾਹਿਬ।